रेड लाइट प्रेजेंट्स की हो गया यार आज आज कोई है नहीं है इतने को नजर जा नहीं आउंदिया यार कितने मर गए सियाने अज कोई है नहीं अज यार इतने गप जप मारू लगता अज कल्या ही सारना पैना ही मैनू ओ लैवी ओ आ गया मेरा लंगोतिया यार करतारा होने आऊ मजा ओ मैं क्या रौनक लगी भैया ने जीते पार्टी मैं कह दिया ही पता नहीं उठे कोई होना भी है के नहीं है ऐसा कितना हो जाएगा यार तनु डीग डीग के वाल चिते हो गए पर वाल चिते वाले छाते आ देख यार कारा करा रही है ओ कारा की खादी पीती जो तनु पता ही है फिर पटाके पै ही जाते हैं जिंदगी देना असली मजे दे असली लुटते ही ओ मैं कहंदा वा गाली छोड़ा ने गई आ ओ यार असली मजे देख एक छूटा ते स्वर्ग दा झूटा ठीक है ना अरे वक्त ना काटो फुला दे रहंदी है काटो फुला दे ते तंबाकू बुलाते गर्मी भी बड़ी हो गई आई की करना गर्मी नू गर्मी नू करना नहीं गर्मी च फायदे बड़े आ काने फायदे होए पसीना चोंदा है हां चोंदा ते काका रोंदा है रोंदानियां भी गल्ला में कटाणिया चल कोई नी जीतो जी नजर आई जीतो नी दूंगी कुछ कही ना क्यों ए दवाले हो जाती जोतिया मैं फिर रगड़ा लवाईया तू फिर जुतियां मैं हाय रे पाए कंजर अज फिर इत्थे बैठे बड़ा दुखी किया हाय हाय ये कंजर फिर इत्थे बैठे अज इन्ना दुखी किया इन्होंने आउंदियां जांदियां तीवियां नाल झाकदे रहिंदे आ जे अज इन्होंने कोई गल कीती ना ते जुत्ती ला लैणी आ मैं ते चेन्नई हूं किते चली गईयां ना मुल बन के तुही नहीं सुधरना लगदा तुहाडी सेवा करनी पैणी आ फिर जो जरा तेरे प्यो ने अज मेनू फेर छेड़िया आ ओ कंजर ने नहीं सुधरना ओदियां लत्तां तोड़ो लिया के ओ चाची जी की दसी है तुहानू असीं आ बड़े दुखी आ ओदे तों आ लैं तुहानू घर अज वेखियो जी लत्तां किद्दां भन्ने आ ਤੁਸੀਂ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਉਹਨੂੰ ਆ ਲੈਣ ਦਿਓ ਇੱਕ ਵਾਰੀ ਆ ਲੈਣ ਦਿਓ ਇਹਨੂੰ ਦੱਸਣੇ ਆ ਮਜ਼ਾ ਆ ਜਾ ਠੀਕ ਹੈ ਜੀ ਠੀਕ ਆ ਸਤਿ ਸ਼੍ਰੀ ਅਕਾਲ ਠੀਕ ਆ ਸਤਿ ਸ਼੍ਰੀ ਅਕਾਲ ਅਬੋ ਤੇ ਜੱਤਾਂ ਦੇ ਮਨਾਉਂਦੇ ਬੱਕਣੇ ਅਬੋ ਤੇ ਜੱਤਾਂ ਦੇ ਮਨਾਉਂਦੇ ਬੱਕਣੇ ਪੁੱਤ ਜੱਤਾਂ ਦੇ ਓ ਜਨੀ ਓ ਕਿਦਾਂ ਮੰਗਿਆ ਵਾ ਜਨੀ ਓ ਮਾਰਾ ਮਾਰਾ
ਚੱਜ ਬੱਕਰੇ ਬੁਲਾਉਂਦਾ ਹੀ ਆ ਜਣੀ ਤੇਰੇ ਨਾਲ ਬੁਲਾਉਂਦਾ ਓ ਜਣੀ एक दूजा ही चाचा करतारा ओदा भी मैं करना इलाज है इन्होंने दुआ ने इना दुखी किया था ना ओदे वाल भी जाना ना शामी ओदा भी करके आना ओदे भी मोहर तत्ते थोड़े जे लफाफे तेरा मुंडा कोठे तो डे पे बुढ़ा लुटना कोई नी घबरा ना अजे तक घबरा ना कोई गल नहीं आ ਉਹਨੂੰ ਕਰ ਲਿਆ ਦਾਖਲ ਮੈਂ ਠੀਕ ਹੈ ਕੋਈ ਗੱਲ ਨਹੀਂ ਹੈ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ ਉਹਦਾ ਬਲੱਡ ਥੋੜ੍ਹਾ ਜ਼ਿਆਦਾ ਵਗ ਗਿਆ ਹੈ ਅਤੇ ਕੋਈ ਨਹੀਂ ਬਲੱਡ ਦਾ ਇੰਤਜ਼ਾਮ ਕਰ ਲੈਂਦੇ ਹਾਂ ਵੇਖਦੇ ਤੈਨੂੰ ਕਿੰਨੀ ਵਾਰੀ ਪਹਿਲੇ ਵੀ ਕਹਿ ਚੁੱਕੇ ਹਾਂ ਤੇਰਾ ਖੂਨ ਟੈਸਟ ਕਰ ਚੁੱਕੇ ਹਾਂ ਤੈਨੂੰ ਪਤਾ ਵੀ ਤੇਰੇ ਬਲੱਡ ਦੇ ਵਿੱਚ ਬਲੱਡ ਸ਼ੂਗਰ ਹੋਈ ਹੈ ਤੈਨੂੰ ਨਸ਼ੇ ਕਰ ਕਰਕੇ ਤੇਰਾ ਤੂੰ ਆਪਣਾ ਬੇੜਾ ਗਰਕ ਕੀਤਾ ਹੋਇਆ ਤੈਨੂੰ ਕਿੰਨੀ ਵਾਰੀ ਕਹਿ ਚੁੱਕੇ ਹਾਂ ਵੀ ਤੂੰ ਨਾ ਨਸ਼ੇ ਕਰਿਆ ਕਰ ਛੱਡ ਦੇ ਨਸ਼ੇ ਤੂੰ ਫਿਰ ਨਹੀਂ ਹਟਦਾ ਇਹਨਾਂ ਕੰਮਾਂ ਤੋਂ ਹੁਣ ਤੈਨੂੰ ਪਤਾ ਲੱਗਾ ਨਾ ਪੈਂਦੀ ਫਿਰ ਪਤਾ ਲੱਗਦਾ ਵੀ ਕੀ ਬਣਦਾ ਆ ਮੇਰੇ ਮੁੰਡੇ ਨੂੰ ਬਚਾ ਲਓ ਡਾਟ ਸਾਹਿਬ ਮੇਰੇ ਮੁੰਡੇ ਨੂੰ ਬਚਾ ਲਓ ਕੋਈ ਗੱਲ ਨਹੀਂ ਆ ਹੌਸਲਾ ਰੱਖ ਬਾਜੂਗਾ ਕੋਈ ਗੱਲ ਨਹੀਂ ਆ ਉਹਦੇ ਖੂਨ ਦਾ ਕੀ ਖੂਨ ਦਾ ਇੰਤਜ਼ਾਮ ਕਰਾ ਦੇ ਉਹਦਾ ਡਾਕਟਰ ਸਾਹਿਬ ਕਰਦੇ ਮੈਂ ਕਰਦਾ ਬਲੱਡ ਬੈਂਕ 'ਚ ਪਤਾ ਲਾ ਕੇ ਫੋਨ 'ਤੇ ਕਰਦੇ ਹਾਂ ਪੁੱਛ ਲੈਂਦੇ ਹਾਂ ਇੱਦਾਂ ਕਰਾਂ ਛੇਤੀ ਪਤਾ ਕਰੋ ਨੇ ਜੰਨੇ ਹੈਲੋ ਹਾਂਜੀ ਬਲੱਡ ਬੈਂਕ ਤੋਂ ਬੋਲਦੇ ਜੀ ਤੁੰਨੇ ਮੈਂ ਪੁੱਤ ਜੰਨੇ ਸਰ ਬੀ ਪੋਜ਼ਿਟਿਵ ਬਲੱਡ ਗਰੁੱਪ ਚਾਹੀਦਾ ਸੀ ਹਾਂ ਮਿਲ ਜੂਗਾ ਨਾ ਕੋਈ ਗੱਲ ਨਹੀਂ ਠੀਕ ਹੈ ਜੀ ਲੈ ਜਿੱਤਿਆ ਹੋ ਗਿਆ ਇੰਤਜ਼ਾਮ ਤੇਰਾ ਬਲੱਡ ਦਾ ਮੁੰਡਾ ਤੇਰਾ ਠੀਕ ਹੋ ਜੂਗਾ ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਆ ਫਿਕਰ ਨਾ ਕਰ ਆ ਜਾਂਦਾ ਬਲੱਡ ਹੋਣੀ ਤੇ ਬਲੱਡ ਲਾ ਦਿੰਦੇ ਹਾਂ ਬੱਚਾ ਤੇਰਾ ਆਪੇ ਠੀਕ ਹੋ ਜਾਂਦਾ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਸ ਤਰ੍ਹਾਂ ਨਾ ਕਰ ਇਸ ਤਰ੍ਹਾਂ ਨਹੀਂ ਕਰਦਾ नशे बिलकुल बंद कर दियो ये नशिया ने दुनिया का बेड़ा गर्क किया पाया जिवें कि तुसी मेरा भी करैक्टर वेख्या सी करतारे वाला ये जीते वाला आज अपने करैक्टर तो बाहर भाजी ते भाजी ने बहुत वधिया करैक्टर किया तुहानू समझाउण वास्ते ਇਹ ਸਾਡੇ ਡਾਕਟਰ ਸਾਹਿਬ ਲਖਵਿੰਦਰ ਜੀ ਇਹਨਾਂ ਨੇ ਵੀ ਕਰੈਕਟਰ ਕੀਤਾ ਤੁਹਾਨੂੰ ਸਮਝਾਉਣ ਵਾਸਤੇ ਅਤੇ ਬੜੀ ਮਿਹਨਤ ਕੀਤੀ ਇਹੀ ਗਰਮੀ 'ਚ ਅੱਤ ਦੀ ਗਰਮੀ ਪੈਣ ਡਈ ਹੈ ਅਤੇ ਬੜੀ ਮਿਹਨਤ ਕੀਤੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜੇ ਮੁਹੱਲਿਆਂ ਦੇ ਵਿੱਚ ਜਿਹੜਾ ਜਿਹੜਾ ਵੀ ਨਸ਼ੇ ਵੇਚਦਾ ਪਿਆ ਨਾ ਅਤੇ ਜਿਹੜਾ ਜਿਹੜਾ ਖਰੀਦ ਕੇ ਖਾਂਦਾ ਪਿਆ ਆ ਉਹਨਾਂ ਨੂੰ ਆ ਜੇ ਅਕਲ ਅਤੇ ਨਾਲੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਨਸ਼ਿਆਂ ਨਾਲ ਕੀ ਭਾਅ ਬੀਤਦੀ ਹੈ ਜਦੋਂ ਆਪਣੇ ਬੱਚਿਆਂ 'ਤੇ ਪੈਂਦੀ ਹੈ ਨਾ ਅਤੇ ਆਪਣੇ ਬੱਚਿਆਂ ਨਾਲ ਇੱਦਾਂ ਦਾ ਕੋਈ ਚਾਂਸ ਹੋ ਜਾਂਦਾ ਅਤੇ ਫਿਰ ਪਤਾ ਲੱਗਦਾ ਵੀ ਨਸ਼ੇ ਸਾਨੂੰ ਕਿੱਥੋਂ ਤੱਕ ਲੈ ਕੇ ਜਾਂਦੇ ਆ ਆਹ ਵੇਖਿਆ ਨਾ ਜੀਤੇ ਦਾ ਹਾਲ ਹੁਣ ਬੱਚਾ ਆਪਣਾ ਡਿੱਗ ਪਿਆ ਬੱਚਾ ਪੈ ਗਿਆ ਖੂਨੋ ਖੂਨ ਹੋ ਕੇ ਅਤੇ ਹੁਣ ਜਦੋਂ ਖੂਨ ਦੇਣ ਦੀ ਵਾਰੀ ਆਈ ਅਤੇ ਆਪਣੇ ਖੂਨ 'ਚ ਬਲੱਡ ਸ਼ੂਗਰ ਕਿਉਂ ਆਈ ਇਹ ਨਸ਼ਿਆਂ ਦੀ ਵਜ੍ਹਾ ਕਰਕੇ ਆਈ ਰੱਬ ਨਾ ਕਰੇ ਕੱਲ੍ਹ ਨੂੰ ਤੁਹਾਡੇ ਬੱਚੇ ਨੂੰ ਵੀ ਕਿਤੇ ਕੋਈ ਪ੍ਰੋਬਲਮ ਆ ਗਈ ਨਾ ਅਤੇ ਪਤਾ ਫੇਰ ਲੱਗਣਾ ਲੋਕਾਂ ਦੇ ਬੱਚਿਆਂ ਦਾ ਬੇੜਾ ਗਰਕ ਕਰਨਾ ਬੰਦ ਕਰ ਦਿਓ ਅਤੇ ਆਹ ਜਿਹੜੇ ਨਸ਼ੇ ਵੇਚਣ ਵਾਲੇ ਹੋ ਨਾ ਤੁਹਾਨੂੰ ਸਾਫ਼ ਕਰਕੇ ਹਿੰਟ ਦਿੰਦੇ ਹਾਂ ਵੀ ਨਸ਼ੇ ਬੰਦ ਕਰ ਦਿਓ ਕੱਲ੍ਹ ਨੂੰ ਬਹੁਤ ਬੁਰੇ ਪ੍ਰਣਾਮ ਹੋਣ ਵਾਲੇ ਆ ਤੁਹਾਡੇ ਕਿਉਂ ਜੀਤੇ ਭਾਅ ਹਾਂਜੀ ਆਓ ਸਾਰੇ
ਸੌ ਖਾਈਏ ਕਿ ਅੱਜ ਤੋਂ ਬਾਅਦ ਨਾ ਨਸ਼ੇ ਕਰਨੇ ਨਾ ਕਿਸੇ ਨੂੰ ਕਰਨ ਦੇਣੇ। ਥੈਂਕ ਯੂ, ਧੰਨਵਾਦ। ਸ਼ੇਅਰ ਕਰੋ, ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕਿਉਂ ਡਾਕਟਰ ਸਾਹਿਬ? लो जी, पहला तो साडे वीडियो नू लाइक करो, फिर चैनल नू सब्सक्राइब करो ते बैल नू ऑल दे उत्ते सेट करना ना भुल्लो, ताकि आने वाले वीडियो मिल सकन तुहानू बड़े आराम नाल। थैंक यू, धन्यवाद।